ਬਾਕੀ ਜਿਹਨਾਂ ਦੀ ਨੀਅਤ ਹੀ ਇਹ ਹੈ ਵੀ ਕੋਈ ਇਸਲਾਮ ਨੂੰ ਨਹੀਂ ਦਿਲਚਸਪੀ ਇਹਦੇ ਨਾਲ, ਵੀ ਹਕੂਮਤ ਕੌਣ ਕਰਦਾ, ਉਹਨਾਂ ਲੋਕਾਂ ਦੀ ਇਸ ਮੌਜੂ 'ਚ ਕੋਈ ਦਿਲਚਸਪੀ ਨਹੀਂ, ਨਾ ਅਲੀ ਜ ਨਾ ਹੁਸੈਨ ਜੀ, ਉਹਨਾਂ ਨੂੰ ਕੀ ਹੈ, ਉਹ ਆਉਂਦੇ ਬਸ ਤਸਬੀਆਂ ਫੇਰੋ ਅਤੇ ਨਮਾਜ਼ਾਂ ਰੋਜ਼ੇ ਕਰੋ, ਉਹਨਾਂ ਦੇ ਮੁਰਸ਼ਦਾਂ ਨੇ ਜੋ ਰਸਤਾ ਦੱਸਤਾ ਵੀ ਸਿਆਸਤ ਲੱਗ ਗਿਆ ਅਤੇ ਹਕੂਮਤ ਲੱਗ ਗਿਆ, ਉਹ ਸਬਕ ਇਹਨਾਂ ਦੇ ਦਿਮਾਗਾਂ 'ਚ ਵੜ ਗਿਆ, ਉਹ ਕਾਮਯਾਬ ਹੋ ਚੁੱਕੇ। ਇਮਾਮ ਹੁਸੈਨ ਜੀ ਨੇ ਸ਼ਹੀਦ ਕਰਕੇ ਉਹਨਾਂ ਦਾ ਜੋ ਮਿਸ਼ਨ ਸੀ ਦੇਸ ਉਮਤ ਨੂੰ ਬੇਵਕੂਫ ਬਣਾਉਣ, ਸਿਆਸੀ ਗੱਲਾਂ ਨਾਲ ਤੁਹਾਡਾ ਖਿੱਚਣ, ਮਸਜਿਦਾਂ 'ਚ ਅੱਲਾ ਅੱਲਾ ਕਰੋ, ਹਕੂਮਤ ਕੋਈ ਕਰਦਾ ਤੁਹਾਨੂੰ, ਸਿੱਖ ਆ ਜਾਣ ਹਿੰਦੂ ਆ ਜਾਣ, ਬਿਲਕੁਲ ਉਹ ਗੱਲ ਹੀ ਜ਼ਿਹਨੋਂ ਨਿਕਲ ਗਈ ਵੀ ਹਕੂਮਤ ਨੂੰ ਅਲੱਗ ਕਰਕੇ ਇਸਲਾਮ ਨਾਂ ਦੀ ਕੋਈ ਸ਼ਾਖਦਾਰ ਨਹੀਂ ਉਤਾਰੀ। ਇਹ ਲੋਹੇ ਚਲੀਕ ਲਿਖੋ, ਹਜ਼ਰਤ ਅਲੀ ਇਸ ਤੋਂ ਪਿਆਰੇ ਵੀ ਖਾਤਮੁਲ ਖੁਲਾਫਾ ਰਾਸ਼ਦੀਨ, ਇਮਾਮ ਅਹਿਮਦ ਹੰਬਲ ਫਰਮਾਉਂਦੇ ਆ, ਇਮਾਮ ਹਨੀਫਾ ਦਾ ਸ਼ਾਫੀ, ਕਿ ਅਲੀ ਦੀਆਂ ਜੰਗਾਂ ਨਾ ਆਉਂਦੀਆਂ ਅਤੇ ਇਸਲਾਮ ਦਾ ਬਾਬ ਹੀ ਨਾਮੁਕੰਮਲ ਰਹਿ ਗਿਆ ਸੀ, ਵੀ ਮੁਸਲਮਾਨ ਹਕੂਮਤ ਅਗਰ ਸਹੀ ਚੱਲ ਰਹੀ ਹੋਵੇ ਅਤੇ ਬਾਗੀ ਉੱਠ ਖੜੇ, ਉਹਨਾਂ ਨੇ ਕੀ ਕਰਨਾ, ਉਹਨਾਂ ਦੇ ਕੈਦੀਆਂ ਨਾਲ ਕੀ ਕਰਨਾ, ਉਹਨਾਂ ਦੇ ਮੁਰਜ਼ਿਆਂ ਨਾਲ ਕੀ ਕਰਨਾ, ਉਹਨਾਂ ਦੇ ਮਾਲ ਨਾਲ ਕੀ ਕਰਨਾ, ਇਹਨੂੰ ਮੁਕੰਮਲ ਕੀਤਾ ਤਿਆਰੀ ਰਜ਼ੀ ਨੂੰ ਕੀਤਾ। ਮਗਰ ਦੀਨ ਦਾ ਸਾਰਾ ਬਾਬ ਕਿਤਾਬੁਲ ਬਗਾਦ ਦਾ ਪੜ੍ਹੋ, ਸਿਵਾਏ ਅਲੀ ਦੇ ਹੁਕਮਾਂ ਦੇ ਪੱਲੇ ਹੀ ਕਿਸੇ ਆਰਮ ਦੇ ਕੋਈ ਨਹੀਂ, ਤਾਂ ਕੀ ਉਮਤ ਦੇ ਬਾਗੀ ਉੱਠਣ ਕਰਨ ਕੀ ਕਰਨਾ, ਔਰ ਅਗਰ ਹਕੂਮਤ ਵਿਗੜ ਜਾਏ ਅਤੇ ਮੁਸਲਮਾਨਾਂ ਨੂੰ ਕੀ ਕਰਨਾ ਚਾਹੀਦਾ, ਸਿਵਾਏ ਹੁਸੈਨ ਤੋਂ ਕਿਸੇ ਦੇ ਪੱਲੇ ਕੋਈ ਨਹੀਂ। ਇਸ ਤੋਂ ਦੋ ਹੀ ਬਾਪ ਬੇਟਾ, ਕਿ ਹਕੂਮਤ ਸਹੀ ਹੋਵੇ, ਮੁਸਲਮਾਨ ਬਾਗੀ ਹੋ ਜਾਣ, ਉਹਦੇ ਲਈ ਉਸਵਾ ਨਮੂਨਾ ਕੀ ਹੈ, ਅਤੇ ਹਕੂਮਤ ਗਲਤ ਹੋ ਜਾਏ, ਉਮਤ ਨੂੰ ਕੀ ਕਰਨਾ, ਇਹਦੇ ਲਈ ਸੁਣਨਾ ਤਰ ਉਸਵਾ ਸਿਰਫ ਇਮਾਮ ਹੁਸੈਨ। ਤਦ ਹਜ਼ੂਰ ਰੋਏ ਵੀ ਅਤੇ ਫਰਿਸ਼ਤੇ ਵੀ ਦੱਸਣ ਆਏ, ਕੋਈ ਛੋਟੀ ਗੱਲ ਨਹੀਂ।